तीन बंदे आए जी उन्होंने आके तो पहले बंदे ने आके तलवार मारी मेरे तो बाकिया ने दोवे हाथ में पिस्तौल फड़े हुए थे तो इतों कैश भी लै गए सारा स्क्रीन भी तोड़ गए आ मेरे पुत के कृपान मारी उन्होंने गुंडिया बदमाशा ने उत्थे शामा दे टाइम बदमाश आउंदे आ शरेआम उन्होंने कोल पिस्तौल आ एक सौ गज की दूरी के उत्ते आ जी जिथे स्टेन गन्ना लैके खड़े आ 250 मीटर के इतों ठाणा वा बदमाश आए आ जो वीडियो से पता लगता हैगा और उन्होंने आण के रिवालवर लहराए इन्हों के उत्ते इन्हों का गला लुटिया और कृपान जी है वह खालसा जी के बेटे दे मारन का उन्होंने यतन किया है वा वो साढ़े लीडरों की कर रहे हैं तुसी बेड़ा गर्क करके रख दिता ਤੁਹਾਡੀ ਖਿੱਚੋਤਾਣ ਤੋਂ ਇਲਾਵਾ ਤੁਹਾਡੇ ਕੋਲ ਕੋਈ ਪੰਜਾਬ ਦੇ ਵਾਸਤੇ ਕੋਈ ਸਹੂਲਤ ਲੋਕਾਂ ਲਈ ਜਿਹੜੇ ਲੋਕ ਤੁਹਾਨੂੰ ਟੈਕਸ ਦਿੰਦੇ ਆ ਤੁਹਾਨੂੰ ਵੋਟਾਂ ਪਾਉਂਦੇ ਆ ਤੁਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੋਂ ਇਲਾਵਾ ਤੁਹਾਡੇ ਪੱਲੇ ਹੋਰ ਵੀ ਕੁਝ ਹੈਗਾ ਕੁਝ ਗੁੰਡਿਆਂ ਨੇ ਆ ਕੇ ਇਹਨਾਂ ਦੇ ਜਿਹੜੇ ਸਿਰ ਦੇ ਉੱਤੇ ਰਿਵਾਲਵਰ ਰੱਖ ਕੇ ਕਿਰਪਾਨਾਂ ਨਾਲ ਵਾਰ ਵੀ ਕੀਤਾ ਅਤੇ ਲੁੱਟ ਖੋਕ ਲੈ ਕਰਕੇ ਤੇ ਇੱਥੋਂ ਗਏ ਆ खुशवंत सिंह नाम है जी अपने स्टोर पर बैठे सके तो तीन बंदे आए जी उन्होंने आके तो पहले बंद ने आके तलवार मारी मेरे तो बाकिया ने दोवे हाथ में पिस्तौल फड़े हुए थे तो इतों कैश भी लै गए सारा स्क्रीन भी तोड़ गए ये तकरीबन 7-15 की घटना हुई है पुलिस घट तो 5-10 दे मिनट मिनट के अंदर अंदर आ गई थी सौ मीटर के लागे बने जी थाना इतों 250-300 मीटर है जी कारगरी हूँ हूँ तो पल भी इदा तो कुछ है नहीं गा मेरा नाम है जी मेजर सिंह खालसा मैं एक ढाडी प्रचारक हाँ जी असी ये खालसा सुपर स्टोर बनाया पब्लिक की सहूलत वास्ते बच्चों के कारोबार वास्ते कि बच्चे बाहर तुरे जा रहे हैं चलो अही महाराज ने कृपा की इतने बहुत वड्डी तपस्या तो बाद मेहनत तो बाद कारोबार शुरू किया जी पर जो पिछले दिनों तो सुल्तानपुर लोधी ईवन पंजाब दे विच जो वारदातें हो रही मैं हैरान हाँ वो साढ़े लीडरों की कर रहे हैं तुसी ढाडी खिचोतान कदों खत्म होगी बेड़ा गर्क करके रख दिता ਤੁਹਾਡੀ ਖਿੱਚੋਤਾਣ ਤੋਂ ਇਲਾਵਾ ਤੁਹਾਡੇ ਕੋਲ ਕੋਈ ਪੰਜਾਬ ਦੇ ਵਾਸਤੇ ਕੋਈ ਸਹੂਲਤ ਲੋਕਾਂ ਲਈ ਜਿਹੜੇ ਲੋਕ ਤੁਹਾਨੂੰ ਟੈਕਸ ਦਿੰਦੇ ਆ ਤੁਹਾਨੂੰ ਵੋਟਾਂ ਪਾਉਂਦੇ ਆ ਤੁਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੋਂ ਇਲਾਵਾ ਤੁਹਾਡੇ ਪੱਲੇ ਹੋਰ ਵੀ ਕੁਝ ਹੈਗਾ ਇੱਧਰ ਵੀ ਧਿਆਨ ਦੇ ਦਿਓ ਆ ਮੇਰੇ ਪੁੱਤ ਦੇ ਕਿਰਪਾਨ ਮਾਰੀ ਉਹਨਾਂ ਗੁੰਡਿਆਂ ਬਦਮਾਸ਼ਾਂ ਨੇ ਕੀ ਕਰਨ ਦੇ ਤੁਸੀਂ ਅਸੀਂ ਕਿਸੇ ਦਾ ਕੀ ਕਵਾਉਨੇ ਆ ਕੋਈ ਮਾੜੀ ਮੋਟੀ ਸ਼ਰਮ ਕਰੋ ਲਾਜ ਰੱਖੋ ਕੋਈ ਇੱਧਰ ਨੂੰ ਮਰੋ ਜੇ ਪਬਲਿਕ ਹੀ ਮਰ ਗਈ ਤੇ ਤੁਸੀਂ ਰਾਜ ਕਿਹਦੇ ਤੇ ਕਰੋਗੇ ਤੁਹਾਡਾ ਜਿਹੜਾ ਇਹ ਸੁਪਰ ਸਟੋਰ ਹੈ ਇਹ ਐਮਐਲਏ ਨਿਵਾਸ ਤੋਂ ਕਿੰਨੀ ਦੂਰ 100 ਗਜ ਦੀ ਦੂਰੀ ਦੇ ਉੱਤੇ ਆ ਜੀ ਜਿੱਥੇ ਸਟੇਨ ਗੰਨਾ ਲੈ ਕੇ ਖੜੇ ਆ 250 ਮੀਟਰ ਤੇ ਇਥੋਂ ਠਾਣਾ ਵਾ ਰੋਜ਼ ਸੁਲਤਾਨਪੁਰ ਦੇ ਵਿੱਚ ਪੰਜਾਬ ਦੇ ਵਿੱਚ ਵਾਰਦਾਤਾਂ ਕੀ ਹੋ ਰਹੀਆਂ ਸਾਡੇ ਲੀਡਰ ਜਿਹੜੇ ਇੱਕ ਦੂਜੇ ਦੇ ਤਵੇ ਖਿੱਚੋਤਾਣ ਬੁਰੀ ਹਾਲਤ ਈਵਨ ਉੱਪਰ ਤੋਂ ਲੈ ਕੇ ਥੱਲੇ ਤੱਕ ਕੀ ਹੋ ਰਿਹਾ ਕੀ ਸਮਝਦੇ ਹੋ ਕਿ ਇੱਥੇ ਸਭ ਤੋਂ ਸੇਫ ਇਲਾਕਾ ਜਿਹੜਾ ਮੰਨਿਆ ਜਾਂਦਾ ਉੱਥੇ ਹੀ ਏਡੀ ਵੱਡੀ ਉੱਥੇ ਸ਼ਾਮਾਂ ਦੇ ਟਾਈਮ ਬਦਮਾਸ਼ ਆਉਂਦੇ ਆ ਸ਼ਰਿਆਮ ਉਹਨਾਂ ਦੇ ਕੋਲ ਪਿਸਤੌਲ ਆ ਕਿੱਥੇ ਆ ਸਾਡਾ ਇਹ ਪ੍ਰਸ਼ਾਸਨ ਕਿੱਥੇ ਆ ਸਾਡੇ ਡੀਜੀਪੀ ਸਾਹਿਬ ਕਿੱਥੇ ਆ ਸਾਡੇ ਐਸਐਸਪੀ ਸਾਹਿਬ ਕਿੰਨੂੰ ਜ਼ਿੰਮੇਵਾਰ ਸਮਝਦੇ ਆ ਸੋ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਜਿਹੜੀ ਉਹਨੂੰ ਅਸੀਂ ਸਮਝਦੇ ਹਾਂ ਇੱਕ ਬੰਨੇ ਅਸੀਂ ਭੰਗੜੇ ਪਾਉਂਦੇ ਹਾਂ ਗਿੱਧੇ ਪਾਉਂਦੇ ਹਾਂ ਦੂਜੇ ਬੰਨੇ ਅਸੀਂ ਖਿੱਚੋ ਤਾਣ ਦੂਜਾ ਤੀਜਾ ਇਧਰਲੇ ਬੰਨੇ ਧਿਆਨ ਕੌਣ ਦੇਊਗਾ ਪੰਜਾਬ ਦਾ ਗ੍ਰਹਿ ਮੰਤਰੀ ਵੀ ਆਇਆ ਸੀ ਠੀਕ ਹੈ ਤੁਹਾਡਾ ਕੀ ਨਾਮ ਆ ਔਰ ਕਿੱਥੇ ਦੇ ਰਹਿਣ ਵਾਲੇ ਔਰ ਕੀ ਗੱਲਬਾਤ ਹੋਈ ਹੈ ਡਿਟੇਲ ਦੱਸੋ ਮੈਂ ਪ੍ਰੋਫੈਸਰ ਬਲਦੇਵ ਸਿੰਘ ਟੀਟਾ ਇੱਥੇ ਅਰਬਨ ਸਟੇਟ ਦੇ ਵਿੱਚ ਹੀ ਰਹਿਣਾ ਔਰ ਅੱਜ ਜਦੋਂ ਇਹ ਵੀਡੀਓ ਪਈ ਸਾਡੇ ਗਰੁੱਪ ਵਿੱਚ ਪੁੱਡਾ ਗਰੁੱਪ ਵਿੱਚ ਤੇ ਸਾਰਿਆਂ ਨੂੰ ਪਤਾ ਲੱਗਿਆ ਕਿ ਖਾਲਸਾ ਸੁਪਰ ਸਟੋਰ ਜੋ ਇਸ ਇਲਾਕੇ ਦੀ ਬੜੀ ਸਹੂਲਤ ਸੀ ਔਰ ਸਹੂਲਤ ਹੈ ਵੀ ਔਰ ਖਾਲਸਾ ਜੀ ਨੇ ਲੋਹੀਆਂ ਛੱਡ ਕੇ ਇੱਥੇ ਸੁਲਤਾਨਪੁਰ ਲੋਧੀ ਆਣ ਕੇ ਕੰਮ ਜਿਹੜਾ ਸ਼ੁਰੂ ਕੀਤਾ ਔਰ ਆਪਣੇ ਬੱਚਿਆਂ ਨੂੰ ਇੱਥੇ ਰਹਿਣ ਵਾਸਤੇ ਪ੍ਰੇਰਿਤ ਕੀਤਾ ਖਾਲਸਾ ਜੀ ਨੂੰ ਆਪਣੇ ਬੱਚੇ ਬਾਹਰ ਭੇਜਣੇ ਕੋਈ ਬਹੁਤੇ ਔਖੇ ਨਹੀਂ ਕਿਉਂਕਿ ਦੁਨੀਆ ਦਾ ਕੋਈ ਕੋਨਾ ਐਸਾ ਨਹੀਂ ਜਿੱਥੇ ਉਹਨਾਂ ਨੇ ਸੈੱਲ ਨਹੀਂ ਹੈਗੇ ਜਾਂ ਨਹੀਂ ਗਏ ਪਰ ਅੱਜ ਜੋ ਘਟਨਾ ਇੱਥੇ ਵਾਪਰੀ ਹੈ ਜੋ ਵੀਡੀਓ 'ਤੇ ਦੇਖੀ ਆ ਅੱਜ ਇੱਥੇ ਬਦਮਾਸ਼ ਆਏ ਆ ਜੋ ਵੀਡੀਓ 'ਤੇ ਪਤਾ ਲੱਗਦਾ ਹੈਗਾ ਔਰ ਉਹਨਾਂ ਨੇ ਆਣ ਕੇ ਰਿਵਾਲਵਰ ਲਹਿਰਾਏ ਆ ਇਹਨਾਂ ਦੇ ਉੱਤੇ ਇਹਨਾਂ ਦਾ ਗੱਲਾਂ ਲੁੱਟਿਆ ਔਰ ਕਿਰਪਾਨ ਜਿਹੜੀ ਹੈਗੀ ਆ ਉਹ ਖਾਲਸਾ ਜੀ ਦੇ ਬੇਟੇ ਦੇ ਮਾਰਨ ਦਾ ਉਹਨੂੰ ਯਤਨ ਕੀਤਾ ਹੈਗਾ ਵਾ
ਬੜੀ ਔਖੀ ਗੱਲ ਹੋ ਗਈ ਆ। ਕੱਲ੍ਹ ਪਰਸੋਂ ਹੀ ਹਾਲੇ ਇੱਥੇ ਮੋਬਾਈਲ ਦੀ ਖੋਹ ਹੋਈ ਆ ਔਰ ਇੱਥੇ ਬੜੀਆਂ ਵਾਰਦਾਤਾਂ ਹੋਈਆਂ ਹੋਈਆਂ। ਅੱਜ ਹੀ ਇੱਥੇ ਮੈਨੂੰ ਪਤਾ ਸ਼ਾਮੀ ਸਾਡੇ ਗ੍ਰਹਿ ਮੰਤਰੀ ਔਰ ਉਪ ਮੁੱਖ ਮੰਤਰੀ ਜਿਹੜੇ ਸੀਗੇ ਰੰਧਾਵਾ ਸਾਹਿਬ ਉਹ ਵੀ ਆਏ ਹੋਏ ਸੀਗੇ। ਮਤਲਬ ਕਿਤੇ ਨਾ ਕਿਤੇ ਇੱਥੇ 100 ਕੁ ਮੀਟਰ ਦੀ ਦੂਰੀ ਹੈ ਉਹਨਾਂ ਦੀ, ਇੱਥੇ ਆਪਣਾ ਕੰਮ ਕਰਕੇ ਗਏ। ਪੁਲਿਸ ਵੀ ਸਵੇਰ ਦੀ ਤੈਨਾਤ ਸੀ ਇੱਥੇ। MLA ਸਾਹਿਬ ਸਰਦਾਰ ਨਵਤੇਜ ਸਿੰਘ ਚੀਮਾ ਜੀ ਦੇ ਕੋਲ ਆਏ ਸੀ ਉਹ, ਉਹਨਾਂ ਦੇ ਘਰ ਵਿਖੇ ਅੱਜ ਇਕੱਠ ਸੀਗਾ ਅਤੇ ਉੱਥੇ ਆਏ ਸੀ ਉਹ ਮੀਟਿੰਗ ਵਾਸਤੇ ਜਾਂ ਮਿਲਣੀ ਵਾਸਤੇ। ਉਹ ਉਹਨਾਂ ਦਾ ਪਰਸਨਲ ਮੈਟਰ ਹੈ, ਪਰ ਜਿਹੜਾ ਸਾਡੇ ਇੱਦਾਂ ਤਾਂ ਬਹੁਤ ਔਖਾ ਕੰਮ ਹੋ ਜਾਏਗਾ। ਪੁੱਡਾ ਦੇ ਵਿੱਚ ਮਸੀ ਡਿਵੈਲਪਮੈਂਟ ਹੋਣ ਲੱਗੀ ਆ, ਕਿਸੇ ਨੇ ਇੰਨੀ ਹਿੰਮਤ ਕੀਤੀ ਆ ਕਿ ਪੁੱਡਾ ਨੂੰ ਸਹੂਲਤ ਦੇਣ ਵਾਸਤੇ ਖਾਲਸਾ ਸੁਪਰ ਸਟੋਰ ਖੁੱਲਿਆ ਹੈਗਾ, ਤਾਂ ਜ਼ਿੰਦਗੀ ਮੌਤ ਦਾ ਸਵਾਲ ਹੋ ਗਿਆ ਇਹ। ਇਹ ਮੈਨੂੰ ਨਹੀਂ ਲੱਗਦਾ ਕਿ ਬੱਚੇ ਇੱਥੇ ਰਹਿਣਗੇ, ਕੋਈ ਕੰਮ ਕਰੂਗਾ, ਔਰ ਕਿੱਦਾਂ ਔਖਾ ਹੋ ਜੂਗਾ ਇਹ ਕੰਮ। ਇਸ ਆਏ ਦਿਨ ਸੁਲਤਾਨਪੁਰ ਲੋਧੀ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਸੁਣਨ ਨੂੰ ਮਿਲ ਰਹੀਆਂ ਵਾ, ਮੇਰੇ ਖਿਆਲ ਮੁਤਾਬਕ ਤਾਂ ਪ੍ਰਸ਼ਾਸਨ ਨੂੰ ਬਹੁਤ ਚੁਕੰਨੇ ਹੋਣ ਦੀ ਲੋੜ ਆ। ਬਹੁਤ ਮਾੜਾ ਹਾਲ ਆ ਔਰ ਬੜਾ ਦੁੱਖ ਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਕਿ ਪ੍ਰਸ਼ਾਸਨ ਜਿਹੜਾ ਹੈ ਉਹ ਕਿਤੇ ਨਾ ਕਿਤੇ ਇਹਦੇ ਵਿੱਚ ਢਿੱਲ ਵਰਤ ਰਿਹਾ ਵਾ, ਜਿਹਦਾ ਕਰਕੇ ਇਹ ਸਾਰਾ ਕੁਛ ਹੋ ਰਿਹਾ। ਮੈਂ ਤਾਂ ਬੇਨਤੀ ਕਰਾਂਗਾ, ਬੇਨਤੀ ਕਰ ਸਕਦੇ ਅਸੀਂ, ਹੋਰ ਕੁਛ ਨਹੀਂ ਕਰ ਸਕਦੇ। ਸਾਡਾ ਢਿੱਲਾਪਨ ਆ ਜੀ, ਸਾਡਾ ਢਿੱਲਾਪਨ ਆ। ਅਸੀਂ ਲੋਕ ਵੀ ਆਪਣੀ ਆਵਾਜ਼ ਨਹੀਂ ਬੁਲੰਦ ਕਰਦੇ ਅਤੇ ਮੁਲਾਜ਼ਮ ਵੀ ਜਿਹੜੇ ਹੈਗੇ ਆ ਉਹ ਕਿਤੇ ਨਾ ਕਿਤੇ ਉਹਨਾਂ ਦੇ ਹੱਥ ਬੱਝ ਗਏ ਹੈਗੇ। ਮੈਨੂੰ ਲੱਗਦਾ ਇਲੈਕਸ਼ਨ ਦਾ ਦੌਰ ਆ ਗਿਆ ਵਾ, ਕਿਤੇ ਨਾ ਕਿਤੇ ਉਹਨਾਂ ਦੇ ਹੱਥ ਬੰਨ੍ਹ ਦਿੱਤੇ ਗਏ ਹੋਣਗੇ, ਉਹਨਾਂ ਦੀਆਂ ਮਜਬੂਰੀਆਂ ਹੋਣਗੀਆਂ। ਵਰਨਾ ਮੁਲਾਜ਼ਮ, ਮੈਂ ਪੁਲਿਸ ਦਾ ਦੌਰ ਦੇਖਿਆ ਹੈਗਾ, ਅਸੀਂ ਉਹ ਕਾਲਾ ਦੌਰ ਵੀ ਦੇਖਿਆ ਜਿਹਨੂੰ ਇਹ ਬਹੁਤ ਮਾੜਾ ਦੌਰ ਕਹਿੰਦੇ ਆ, ਪਰ ਕਦੀ ਕਿਸੇ ਦੇ ਕੋਲੋਂ ਰੁਪਈਆ ਨਹੀਂ ਖੋਇਆ ਸੀ। ਮੈਂ 81 ਦਾ ਕਾਲਜ ਦੇ ਵਿੱਚ ਗਿਆ ਸੀ ਔਰ 91 ਦੇ ਵਿੱਚ ਜਾ ਕੇ 92 'ਚ ਕਾਲਜ ਛੱਡਿਆ, ਔਰ ਉਹਦੇ ਵਿੱਚ ਕਦੀ ਵੀ ਕਿਸੇ ਤਰ੍ਹਾਂ ਦੀ ਲੁੱਟ ਖੋਹ ਦੀ ਵਾਰਦਾਤ ਨਹੀਂ ਹੋਈ ਸੀ। ਪਰ ਪ੍ਰਸ਼ਾਸਨ ਤੋਂ ਜ਼ਿੰਮੇਵਾਰ ਆ, ਸਰਕਾਰਾਂ ਜ਼ਿੰਮੇਵਾਰ ਹੁੰਦੀਆਂ ਹਮੇਸ਼ਾ ਹੀ। ਸਰਕਾਰਾਂ ਦੇ ਵਿੱਚ ਕਿਤੇ ਨਾ ਕਿਤੇ ਨੁਕਸ ਹੈਗਾ ਜਿਹੜਾ। ਮੈਂ ਦੇਖੋ ਇਸ ਗੱਲ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਚੁਕੰਨੇ ਹੋਣਾ ਚਾਹੀਦਾ ਆਪਣੀ ਸਾਖ ਬਚਾਉਣ ਲਈ। ਮੈਂ ਮਾਨਯੋਗ SSP ਸਾਹਿਬ ਕਪੂਰਥਲਾ ਨੂੰ ਬੇਨਤੀ ਕਰਾਂਗਾ ਕਿ ਇੱਥੇ ਜੇ ਕਿਤੇ ਕੋਈ ਕਮੀ ਹੈਗੀ ਆ, ਇਹ ਸਾਹਮਣੇ ਦਿਸਦੀ ਆ, ਸਾਰਿਆਂ ਨੂੰ ਪਤਾ ਲੱਗ ਗਿਆ ਹੈਗਾ ਕਿ ਕਮੀ ਹੈਗੀ ਆ। ਸੋ ਮੇਰੀ ਤਾਂ ਬੇਨਤੀ ਹੈ, ਅਸੀਂ ਬੇਨਤੀਆਂ ਕਰ ਸਕਦੇ ਹਾਂ, ਲੋਕਲ ਲੋਕ ਆ ਸਾਰੇ ਜਾਣੇ। ਔਰ ਬੜੀ ਔਖੀ ਗੱਲ ਆ ਕਿ ਗੁਰੂ ਮਹਾਰਾਜ ਦੀ ਇਸ ਨਗਰੀ ਦੇ ਵਿੱਚ ਜਿੱਦਾਂ ਵਰਲਡ ਦੇ ਵਿੱਚ ਨਾਂ ਆ ਉਹਦੇ ਵਿੱਚ ਇੰਨੀ ਢਿੱਲੀ ਕਾਰਗੁਜ਼ਾਰੀ ਹੋਵੇ ਔਰ ਇੰਨਾ ਮਾੜਾ ਹਾਲ ਹੋਵੇ। ਇਸ ਕਰਕੇ ਇਸ ਪਾਸੇ ਵੱਲ ਧਿਆਨ ਦੇਣ ਦੀ ਅਤੀ ਜ਼ਰੂਰਤ ਹੈ। ਧੰਨਵਾਦ ਜੀ। ਜੈਨ ਸਿੰਘ ਬੰਧਨ, ਅਰਬਨ ਸਟੇਟ ਪੁੱਡਾ ਨਿਵਾਸੀ ਆ। ਜਿਹੜੀ ਅੱਜ ਦੀ ਜਿਹੜੀ ਆ ਘਟਨਾ ਇੱਥੇ ਹੋਈ ਆ ਖਾਲਸਾ ਸੁਪਰ ਸਟੋਰ ਦੇ ਵਿੱਚ, ਬਹੁਤ ਹੀ ਮੰਦਭਾਗੀ ਘਟਨਾ ਹੋਈ ਆ, ਜਿਸ ਤਹਿਤ 6:30-7:45 ਦੇ ਕਰੀਬ ਕੁਛ ਗੁੰਡਿਆਂ ਨੇ ਆ ਕੇ ਇਹਨਾਂ ਦੇ ਜਿਹੜੇ ਸਿਰ ਦੇ ਉੱਤੇ ਰਿਵਾਲਵਰ ਰੱਖ ਕੇ ਕਿਰਪਾਨਾਂ ਨਾਲ ਵਾਰ ਵੀ ਕੀਤਾ ਅਤੇ ਲੁੱਟ ਖੋਹ ਲੈ ਕਰਕੇ ਅਤੇ ਇੱਥੋਂ ਗਏ ਆ। ਇਹ ਅਸੀਂ ਮਹਿਸੂਸ ਕਰਦੇ ਹਾਂ ਕਿ ਜੋ ਵੀ ਇਹ ਜਿੰਨਾ ਵੀ ਪ੍ਰਸ਼ਾਸਨ ਆ, ਹਰ ਵਾਰੀ ਬੜੇ ਲੰਬੇ ਸਮਿਆਂ ਦੇ ਉੱਤੋਂ ਲੀਡਰਾਂ ਦੀ ਸਿਕਿਉਰਿਟੀ ਦੇ ਉੱਤੇ ਲਾਇਆ ਜਾਂਦਾ ਆ, ਅਤੇ ਜਦੋਂ ਲੀਡਰਾਂ ਦੀ ਸਿਕਿਉਰਿਟੀ ਦੇ ਉੱਤੇ ਜਿਹੜੀ ਪੁਲਿਸ ਲੱਗਦੀ ਆ ਉਹ ਵਾਰਦਾਤਾਂ ਦਾ ਜਿਹੜਾ ਬਹੁਤ ਜ਼ਿਆਦਾ ਵਾਧਾ ਹੁੰਦਾ ਆ, ਜਿਸ ਕਰਕੇ ਲੁਟੇਰਿਆਂ ਨੂੰ ਇਹ ਜਿਹੜੀ ਸ਼ਹਿ ਮਿਲਦੀ ਆ। ਇਸ ਕਰਕੇ ਅਰਬਨ ਸਟੇਟ ਪੁੱਡਾ ਦੇ ਵਿੱਚ ਇਹ ਲਗਾਤਾਰ ਵਾਰਦਾਤਾਂ ਹੋ ਰਹੀਆਂ। ਪਿਛਲੇ ਸਮੇਂ ਦੇ ਵਿੱਚ 2-3 ਦਿਨ ਤੋਂ ਹੀ ਇੱਥੋਂ ਮੋਬਾਈਲ ਵੀ ਖੋਹੇ ਗਏ ਲੇਡੀਜ਼ ਕੋਲੋਂ, ਅਤੇ ਜਿਹੜਾ ਅੱਜ ਉਹ ਗਰੋਹ ਵੀ ਫੜਿਆ ਗਿਆ। ਪਰ ਉਹ ਜਿਹੜਾ ਗਰੋਹ ਫੜਨ ਦਾ ਕਾਰਨ ਸੀ ਕਿ ਲੋਕਾਂ ਵੱਲੋਂ ਉੱਦਮ ਕੀਤਾ ਗਿਆ, ਪੁਲਿਸ ਵੱਲੋਂ ਇਹ ਨਹੀਂ ਕੀਤਾ ਗਿਆ। ਅਤੇ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਤੁਰੰਤ ਜਿਹੜਾ ਹੈਗਾ ਇਹਨੂੰ ਇਹਦੇ ਸਖਤ ਕਦਮ ਚੁੱਕੇ ਜਾਣ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਜੋ ਅਸੀਂ ਸਿਕਿਓਰ ਹੋ ਸਕੀਏ। ਧੰਨਵਾਦ। ਸਾਨੂੰ ਫੋਨ ਗਿਆ ਸੀਗਾ ਜੀ, ਅਸੀਂ ਮੌਕੇ 'ਤੇ ਆਏ ਹਾਂ। ਜੋ ਕੋਈ ਫੋਨ ਬਸ ਅੱਧਾ ਘੰਟਾ ਹੋਇਆ ਜੀ ਸਾਨੂੰ ਆਇਆਂ ਨੂੰ ਇੱਥੇ। ਗੱਲਬਾਤ ਵਾਰਦਾਤ ਹੋਈ ਆ, ਬਸ ਲਿਖਦੇ ਪਏ ਹਾਂ ਜੀ ਇਹਨਾਂ ਸਾਰਾ ਕੁਛ। ਬੰਦੇ ਆਏ ਸੀ 3, ਉਹ ਇਹਨਾਂ ਦੇ ਪੈਸੇ ਲੈ ਗਏ, ਉਹ ਇਹਨਾਂ ਕੋਲ ਲਿਖਦੇ ਪਏ ਹਾਂ ਜੀ। ਹਾਂਜੀ, ਹਥਿਆਰ ਵੀ ਉਹਦੇ ਵਿੱਚ ਮੂਵੀ ਵਿੱਚ ਹੈਗੇ ਆ ਜੀ, ਦਿਖਾਉਂਦੇ। ਹਾਂਜੀ, ਪਿਸਤੌਲ ਆ ਜੀ। ਹੋਰ ਇੱਥੇ ਬਸ ਲੁੱਟ ਖੋਹ ਕਰਦੇ ਪਏ, ਉਹ ਉੱਥੇ ਆਉਂਦੇ ਉਹ ਦੇਖਦੇ ਪਏ ਆ ਜੀ। ਕਾਰਵਾਈ ਇਹਦੇ ਸਾਰੇ ਜੋ ਵੀ ਮੁੱਕੇ ਤੋਂ ਇਲਾਵਾ ਕੋਈ SHO ਸਾਹਿਬ, DSP ਸਾਹਿਬ ਇੱਥੇ ਹਜੇ ਪਹੁੰਚੇ ਤਾਂ ਘੰਟਾ। SHO ਸਾਹਿਬ ਆਏ ਆ, ਉਹ ਇੱਧਰ ਹੁਣੇ ਇੱਧਰ ਨੂੰ ਗਏ ਗੱਡੀ ਦੇ, ਲੋਕੇਸ਼ਨਾਂ ਕੱਢਦੇ ਫਿਰ। ਖੁਦਾ ਦੇ ਘਰ ਦੇਰ ਹੈ ਪਰ ਹਨੇਰ ਨਹੀਂ।
ਕੀ ਤੁਸੀਂ ਪਰੇਸ਼ਾਨ ਹੋ ਅੱਜ ਹੀ ਸੰਪਰਕ ਕਰੋ ਗੁਰੂ ਬਸ਼ੀਰ ਖਾਨ ਕਾਲ ਕਰੋ 9814560154 ਪਤਾ ਲੁਧਿਆਣਾ ਹਰ ਪਰੇਸ਼ਾਨੀ ਦਾ ਹੱਲ ਪਾਓ 100% ਗਰੰਟੀ ਦੇ ਨਾਲ ਪਰੇਸ਼ਾਨੀ ਜਿਵੇਂ ਵਿਆਹ ਵਿੱਚ ਰੁਕਾਵਟ ਖੋਇਆ ਪਿਆਰ ਵਾਪਸ ਪਾਉਣਾ ਪਤੀ ਪਤਨੀ ਵਿੱਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਇਮੀਗ੍ਰੇਸ਼ਨ ਮਸਲੇ ਔਲਾਦ ਸੁੱਖ ਬੁਰੇ ਸੁਪਨੇ ਬਿਮਾਰੀ ਵਿੱਚ ਦਵਾ ਦਾ ਨਾ ਲੱਗਣਾ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਮੈਗਾ ਮਿਲੀਅਨ ਹਰ ਜਗ੍ਹਾ ਤੋਂ ਨਿਰਾਸ਼ ਤੇ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਨੂੰ ਖੂਨ ਦੇ ਹੰਝੂ ਨਹੀਂ ਰੋਣ ਦਿਆਂਗਾ ਇਟਸ ਮਾਈ ਪ੍ਰੋਮਿਸ ਗੁਰੂ ਬਸ਼ੀਰ ਖਾਨ 9814560154